ਮੱਕੀ ਦਾ ਆਚਾਰ ਹੀ ਕਿਉਂ ਪਾਉਣਾ ਚਾਹੀਦਾ ਮੱਝਾਂ ਤੇ ਗਾਵਾਂ ਨੂੰ ਤਿੰਨ ਮੇਨ ਕਾਰਨਾਂ ਤੇ ਤੀਜਾ ਸਭ ਤੋਂ ਜ਼ਰੂਰੀ ਕਾਰਨ ਆ ਵੈਸੇ ਜਿਹੜੇ ਕਿਸਾਨ ਯੂਜ਼ ਕਰਦੇ ਆ ਨਾ ਮੱਕੀ ਦਾ ਚਾਰ ਉਹਨਾਂ ਨੂੰ ਪਤਾ ਕਿ ਜਿਹੜੀਆਂ ਗਾਵਾਂ ਮੱਝਾਂ ਦੀ ਫੀਡ ਆ ਉਹਦਾ ਤਕਰੀਬਨ 50 ਤੋਂ 60% ਹਿੱਸਾ ਹੁੰਦਾ ਮੱਕੀ ਦਾ ਚਾਰ ਤੇ ਜੇਕਰ ਆਪਾਂ ਇਹਦੀ ਜਗ੍ਹਾ ਤੇ ਕੋਈ ਵੀ ਹਰਾ ਚਾਰਾ ਯੂਜ਼ ਕਰਦੇ ਨਾ ਤਾਂ ਉਹਦੇ ਮੁਕਾਬਲੇ ਇਸ ਮੱਕੀ ਦੇ ਚਾਰ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਦੂਜੇ ਨੰਬਰ ਤੇ ਮੱਕੀ ਇੱਕ ਹਾਈ એનર્ਜੀ ਕ੍ਰੌਪ ਆ ਯਾਨੀ ਕਿ ਜਦੋਂ ਆਪਾਂ ਇਹ ਪਸ਼ੂਆਂ ਨੂੰ ਪਾਉਨੇ ਆ ਹਾਈ એનર્ਜੀ ਮਿਲਦੀ ਆ ਪਸ਼ੂਆਂ ਨੂੰ ਤੇ ਉਸ એનર્ਜੀ ਨੂੰ ਪਸ਼ੂ ਜ਼ਿਆਦਾ ਦੁੱਧ ਪੈਦਾ ਕਰਨ ਦੇ ਲਈ ਯੂਜ਼ ਕਰਦੇ ਆ ਤੇ ਜਿਹੜੇ ਪਸ਼ੂ ਕਮਜ਼ੋਰ ਆ ਉਹਨ ਹੇਕਿਆ ਉਹਦਾ ਕੰਮ ਕਰਦਾ ਤੀਜਾ ਤੇ ਸਭ ਤੋਂ ਜ਼ਰੂਰੀ ਪੁਆਇੰਟ ਕਿ ਮੱਕੀ ਦੇ ਚਾਰ ਦੇ ਵਿੱਚ ਹਾਈ ਫਾਈਬਰ ਹੁੰਦਾ ਜਿਹਦੇ ਨਾਲ ਪਸ਼ੂ ਜਿਆਦਾ ਗਾਲਾ ਕਰਦੇ ਆ ਤੇ ਜਿਆਦਾ ਗਾਲਾ ਕਰਨ ਦੇ ਨਾਲ ਪਸ਼ੂਆਂ ਦਾ ਰੂਮਨ ਹੈਲਦੀ ਰਹਿੰਦਾ ਤੇ ਜਦੋਂ ਪਸ਼ੂਆਂ ਦਾ ਕਿਸੇ ਦਾ ਵੀ ਰੂਮਨ ਹੈਲਦੀ ਹੋਊਗਾ ਤਾਂ ਉਹ ਪਸ਼ੂ ਆ ਜਿਹੜੇ ਜਿਆਦਾ ਦੁੱਧ ਵੀ ਦੇਣਗੇ ਤੇ ਉਹਨਾਂ ਦੀ ਫੈਟ ਵੀ ਜਿਆਦਾ ਵਧੂਗੀ ਜਿਹਦੇ ਨਾਲ ਆਪਾਂ ਨੂੰ ਓਵਰਾਲ ਮੁਨਾਫਾ ਜਿਆਦਾ ਹੋਊਗਾ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਫੋਲੋ ਜ਼ਰੂਰ ਕਰ ਲਓ